ਇੰਡੀਆ ਮੈਡੀਕਲ ਸੈਂਟਰ ਦੇ YouTube ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਡਾਕਟਰ ਕਿਰਤ ਸਿਬਿਆ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਉਸ ਇੰਸਟਰੂਮੈਂਟ ਬਾਰੇ ਜੋ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਸਭ ਦੇ ਘਰ ਵਿੱਚ ਹੋਣਾ ਜ਼ਰੂਰੀ ਹੈ। ਮੈਂ ਗੱਲ ਕਰ ਰਹੀ ਹਾਂ ਜੀ ਪਲਸ ਆਕਸੀਮੀਟਰ ਦੀ, ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਇਸ ਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ ਕੀ ਹੈ। ਪਲਸ ਆਕਸੀਮੀਟਰ ਜਦੋਂ ਯੂਜ਼ ਕਰਨਾ ਤਾਂ ਉਂਗਲੀ ਸਾਫ਼ ਹੋਣੀ ਚਾਹੀਦੀ ਹੈ, ਹੱਥ ਗਿੱਲੇ ਨਹੀਂ ਹੋਣੇ ਚਾਹੀਦੇ ਹੈ, ਉਂਗਲ ਦੇ ਉੱਤੇ ਕੋਈ ਨੇਲ ਪੋਲਿਸ਼ ਨੇਲ ਪੇਂਟ ਨਹੀਂ ਲੱਗਿਆ ਹੋਣਾ ਚਾਹੀਦਾ ਹੈ, ਅਤੇ ਇਸ ਨੂੰ ਲਗਾ ਕੇ ਜਿਹੜੀ ਪਹਿਲੀ ਰੀਡਿੰਗ ਆਉਂਦੀ ਹੈ ਤੁਸੀਂ ਉਸਨੂੰ ਨੋਟ ਨਹੀਂ ਕਰਨਾ ਹੈ। ਇਸ ਨੂੰ ਲਗਾ ਕੇ ਇਹਨੂੰ ਸਟੇਬਲ ਹੋਣ ਨੂੰ, ਰੀਡਿੰਗ ਨੂੰ ਸਟੇਬਲ ਹੋਣ ਨੂੰ ਤੁਸੀਂ ਥੋੜ੍ਹਾ ਟਾਈਮ ਦੇਣਾ। ਜਦੋਂ ਰੀਡਿੰਗ ਸਟੇਬਲ ਹੋ ਕੇ ਆਏਗੀ ਤੁਸੀਂ ਉਸ ਰੀਡਿੰਗ ਨੂੰ ਨੋਟ ਕਰਨਾ। ਪਲਸ ਆਕਸੀਮੀਟਰ ਦੇ ਉੱਤੇ ਦੋ ਰੀਡਿੰਗਸ ਆਉਂਦੀਆਂ ਨੇ। ਇੱਕ ਰੀਡਿੰਗ ਆਉਂਦੀ ਹੈ ਹਾਰਟ ਰੇਟ ਦੀ, ਜਿੱਥੇ ਲਿਖਿਆ ਹੋਏਗਾ PR ਪਲਸ ਰੇਟ, ਉਹ ਤੁਹਾਡੇ ਪਲਸ ਰੇਟ ਜਾਂ ਫਿਰ ਹਾਰਟ ਰੇਟ ਦੀ ਰੀਡਿੰਗ ਹੈ। ਔਰ ਦੂਸਰੀ ਰੀਡਿੰਗ ਹੋਏਗੀ ਜਿਸ 'ਤੇ ਲਿਖਿਆ ਹੋਏਗਾ SpO2, ਉਹ ਤੁਹਾਡੀ ਆਕਸੀਜਨ ਲੈਵਲ ਦੀ ਰੇਟਿੰਗ ਹੈ। ਇਹ ਰੇਟਿੰਗਸ ਕੋਵਿਡ ਦੇ ਦੌਰਾਨ ਤੁਸੀਂ ਦਿਨ 'ਚ 3 ਵਾਰ ਜ਼ਰੂਰ ਲੈਣੀਆਂ ਹਨ ਔਰ ਆਪਣੇ ਡਾਕਟਰ ਨੂੰ ਦੱਸਣਾ ਹੈ। ਜੇ ਆਕਸੀਜਨ ਸੈਚੂਰੇਸ਼ਨ 94 ਤੋਂ ਘੱਟ ਹੋ ਰਹੀ ਹੈ ਤਾਂ ਇਹਦਾ ਮਤਲਬ ਬਿਮਾਰੀ ਖਰਾਬ ਹੋ ਰਹੀ ਹੈ ਔਰ ਬਿਮਾਰੀ ਵੱਧ ਰਹੀ ਹੈ, ਔਰ ਅਜਿਹੇ ਮਰੀਜ਼ ਨੂੰ ਡਾਕਟਰ ਦੀ ਨਿਗਰਾਨੀ ਹੇਠ ਆਪਣੀ ਦਵਾਈਆਂ ਅਪਗ੍ਰੇਡ ਕਰਨੀਆਂ ਪੈਣਗੀਆਂ ਜਾਂ ਫਿਰ ਜ਼ਿਆਦਾ ਇਲਾਜ ਤੇਜ਼ੀ ਨਾਲ ਕਰਾਉਣਾ ਪਏਗਾ। ਅਤੇ ਜੇਕਰ ਅਗਰ ਇਹ ਆਕਸੀਜਨ ਲੈਵਲ 90 ਤੋਂ ਘੱਟ ਹੋ ਜਾਏ ਤਾਂ ਇਹਦਾ ਮਤਲਬ ਕਿ ਬਿਮਾਰੀ ਹੋਰ ਜ਼ਿਆਦਾ ਦਿੱਕਤ ਕਰ ਰਹੀ ਹੈ ਅਤੇ ਆਕਸੀਜਨ ਦੀ ਜ਼ਰੂਰਤ ਪੈਣ ਵਾਲੀ ਹੈ, ਅਤੇ ਅਜਿਹੇ ਮਰੀਜ਼ ਨੂੰ ਹਸਪਤਾਲ ਜਾਣ ਦੀ ਲੋੜ ਪੈ ਸਕਦੀ ਹੈ। ਆਪਣੇ ਡਾਕਟਰ ਨੂੰ ਦਿਨ ਵਿੱਚ 3 ਵਾਰ ਨੋਟ ਕਰਕੇ ਆਕਸੀਜਨ ਲੈਵਲ ਜ਼ਰੂਰ ਦੱਸਣਾ, ਇਹ ਕੋਵਿਡ ਦੇ ਵਿੱਚ ਇੱਕ ਐਸੈਂਸ਼ੀਅਲ ਪਾਰਟ ਹੈ ਕੋਵਿਡ ਮੈਨੇਜਮੈਂਟ ਦੇ ਲਈ। ਹੁਣ ਅਸੀਂ ਗੱਲ ਕਰਾਂਗੇ ਕੋਵਿਡ ਦੇ ਵਿੱਚ ਇੱਕ ਕੀਤਾ ਜਾ ਰਿਹਾ ਟੈਸਟ 6 ਮਿੰਟ ਵਾਕ ਟੈਸਟ ਆਪਣੇ ਅਗਲੇ ਐਪੀਸੋਡ ਦੇ ਵਿੱਚ। ਧੰਨਵਾਦ। Like, comment, subscribe and ring bell for notification of latest updates.